ਕਿ ਸਰਕਾਰ ਨੇ ਮੁਲਾਜ਼ਮਾਂ ਦੀ ਕੋਈ ਨਹੀਂ ਸੁਣੀ, ਕੋਡੋ ਕੰਡਕਟ ਲੱਗਣ ਵਾਲਾ, ਵਿਧਾਨ ਸਭਾ ਚੱਲ ਰਹੀ ਆ, ਬਜਟ ਦੇ ਵਿੱਚ ਵੀ ਕੁਛ ਨਹੀਂ ਰੱਖਿਆ, ਵੱਡੇ ਵੱਡੇ ਫਰੰਟ ਮੰਚਾਂ ਨੇ ਜੋ ਐਕਸ਼ਨ ਕੀਤੇ ਆ ਉਹਦਾ ਵੀ ਕੋਈ ਨੋਟਿਸ ਨਹੀਂ ਲਿਆ ਗਿਆ। ਸੋ ਹਾਰ ਕੇ ਅੱਜ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸੋਮਵਾਰ ਨੂੰ ਇਹਨੂੰ ਮਿੰਨੀ ਸਕੱਤਰੇਤ ਵਿਖੇ ਮੁਲਾਜ਼ਮਾਂ ਦੀ ਲਾਮਬੰਦੀ ਕਰਕੇ ਅਤੇ 12 ਤਰੀਕ ਦਿਨ ਮੰਗਲਵਾਰ ਨੂੰ ਇੱਥੇ ਮੇਨ ਸਕੱਤਰ ਵਿਖੇ ਰੈਲੀ ਕੀਤੀ ਜਾਏਗੀ। ਰੈਲੀ ਦੇ ਦੌਰਾਨ ਸਾਰੇ ਹੀ ਕਾਲੇ ਲਿਬਾਸ ਪਾਉਣਗੇ, ਕਾਲੇ ਕੱਪੜੇ ਪਾ ਕੇ ਰੋਸ ਮਾਰਚ ਕਰਨਗੇ, ਰੋਸ ਜ਼ਾਹਰ ਕਰਨਗੇ। ਦੋਸਤੋ, ਸਕੱਤਰੇਤ ਵਿਖੇ ਜੁਆਇੰਟ ਐਕਸ਼ਨ ਕਮੇਟੀ ਨੇ ਇੱਕ ਫੈਸਲਾ ਲਿਆ ਕਿ ਸਰਕਾਰ ਨੇ ਮੁਲਾਜ਼ਮਾਂ ਦੀ ਕੋਈ ਨਹੀਂ ਸੁਣੀ, ਕੋਡੋ ਕੰਡਕਟ ਲੱਗਣ ਵਾਲਾ, ਵਿਧਾਨ ਸਭਾ ਚੱਲ ਰਹੀ ਆ, ਬਜਟ ਦੇ ਵਿੱਚ ਵੀ ਕੁਛ ਨਹੀਂ ਰੱਖਿਆ, ਵੱਡੇ ਵੱਡੇ ਫਰੰਟ ਮੰਚਾਂ ਨੇ ਜੋ ਐਕਸ਼ਨ ਕੀਤੇ ਆ ਉਹਦਾ ਵੀ ਕੋਈ ਨੋਟਿਸ ਨਹੀਂ ਲਿਆ ਗਿਆ। ਸੋ ਹਾਰ ਕੇ ਅੱਜ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸੋਮਵਾਰ ਨੂੰ ਮਿਤੀ 11/3/2024 ਨੂੰ ਮਿੰਨੀ ਸਕੱਤਰੇਤ ਵਿਖੇ ਮੁਲਾਜ਼ਮਾਂ ਦੀ ਲਾਮਬੰਦੀ ਕਰਕੇ ਅਤੇ 12 ਤਰੀਕ ਦਿਨ ਮੰਗਲਵਾਰ ਨੂੰ ਇੱਥੇ ਮੇਨ ਸਕੱਤਰ ਵਿਖੇ ਰੈਲੀ ਕੀਤੀ ਜਾਏਗੀ ਅਤੇ ਰੈਲੀ ਦੇ ਦੌਰਾਨ ਸਾਰੇ ਹੀ ਕਾਲੇ ਲਿਬਾਸ ਪਾਉਣਗੇ, ਕਾਲੇ ਕੱਪੜੇ ਪਾ ਕੇ ਰੋਸ ਮਾਰਚ ਕਰਨਗੇ, ਰੋਸ ਜ਼ਾਹਰ ਕਰਨਗੇ ਅਤੇ ਅਸੀਂ ਜਿਹੜਾ ਇੱਕ ਰੋਸ ਮਾਰਚ ਵਿਧਾਨ ਸਭਾ ਕਰਾਂਗੇ ਅਤੇ ਉਸ ਉਪਰੰਤ ਇੱਕ ਅਰਦਾਸ ਕੀਤੀ ਜਾਏਗੀ ਕਿ ਪਰਮਾਤਮਾ ਸਰਕਾਰ ਨੂੰ ਸਦਬੁੱਧੀ ਬਖਸ਼ੇ ਤਾਂ ਕਿ ਉਹਨਾਂ ਨੂੰ ਉਹ ਕਾਰਜਸ਼ੀਲ ਹੋਣ ਜਿਹੜੇ ਮੁਲਾਜ਼ਮਾਂ ਦੇ ਹੱਕਾਂ ਦੇ ਪ੍ਰਤੀ, ਉਹਨਾਂ ਦੀਆਂ ਮੰਗਾਂ ਦੇ ਲਈ ਅਤੇ ਪੰਜਾਬ ਵਾਸੀਆਂ ਦੇ ਹੱਕਾਂ ਦੇ ਲਈ, ਉਹਨਾਂ ਦੀਆਂ ਮੰਗਾਂ ਦੇ ਲਈ, ਉਹਨਾਂ ਦੇ ਵੈਲਫੇਅਰ ਲਈ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਸਮੂਹ ਚੰਡੀਗੜ੍ਹ ਮੋਹਾਲੀ ਦੇ ਡਾਇਰੈਕਟੋਰੇਟ ਦੇ ਮੁਲਾਜ਼ਮਾਂ ਨੂੰ ਅਤੇ ਉਹਨਾਂ ਦੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵੀ ਭਾਈ ਹੁਣ ਬੈਠੋ ਨਾ, ਜੇ ਸਕੱਤਰੇਤ ਨੇ ਇਹ ਐਕਸ਼ਨ ਕਰਨ ਦੀ ਸੋਚ ਲਈ ਆ ਜਾਂ ਇਹਦਾ ਫੈਸਲਾ ਲੈ ਲਿਆ, ਸੋ ਗਿਣਤੀ ਦੇ ਤੁਹਾਡੇ ਕੋਲ 2-4 ਦਿਨ ਆ ਅਤੇ ਤੁਸੀਂ ਵੀ 13 ਤਰੀਕ ਨੂੰ, ਮੇਰੀ ਬੇਨਤੀ ਆ ਕਿ 17 ਸੈਕਟਰ ਦੇ ਵਿੱਚ ਸਮੂਹ ਜਥੇਬੰਦੀਆਂ ਚੰਡੀਗੜ੍ਹ ਦੇ ਡਾਇਰੈਕਟੋਰੇਟ ਦੀਆਂ ਉਹ ਵੀ ਕਾਲੇ ਕੱਪੜੇ ਪਾ ਕੇ ਸਰਕਾਰ ਦੇ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਨ, ਰੋਸ ਰੈਲੀ ਕਰਨ, ਤਾਂ ਕਿ ਅੱਗੇ ਤੋਂ ਸਾਂਝਾ ਮੁਲਾਜ਼ਮ ਮੰਚ ਦੀ ਜਿਹੜੀ ਆ ਫਿਰ ਮੁੜ ਪੁਨਰਗਠਨ ਕਰਕੇ ਅਗਲੇ ਜਿਹੜੇ ਆ ਆਪਣੇ ਸੰਘਰਸ਼ ਵੱਲ ਵਧਿਆ ਜਾ ਸਕੇ। ਸੋ ਇਸੇ ਤਰ੍ਹਾਂ ਹੀ ਮੋਹਾਲੀ ਦੇ ਜਿਹੜੇ ਡਾਇਰੈਕਟੋਰੇਟਸ ਆ ਉਹ ਵੀ ਪੁੱਡਾ ਗਰਾਊਂਡ ਦੇ ਕੋਲ ਇਕੱਠੇ ਹੋ ਕੇ ਉਸ ਦਿਨ ਸਾਰੇ ਦੇ ਸਾਰੇ ਮੁਲਾਜ਼ਮ ਕਾਲੇ ਕੱਪੜੇ ਪਾ ਕੇ ਸਰਕਾਰ ਦੇ ਵਿਰੁੱਧ ਜਿਹੜਾ ਰੋਸ ਮਾਰਚ ਕਰਨ, ਤਾਂ ਕਿ ਆਪਾਂ ਜਿਹੜੇ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਹੋ ਸਕੀਏ। ਅਤੇ ਕਈ ਸਾਥੀ ਕਹਿਣਗੇ ਇਹਦਾ ਹੁਣ ਕੀ ਫਾਇਦਾ, ਹੁਣ ਹੀ ਜਿਹੜਾ ਹੈਗਾ ਅਜੇ ਟਾਈਮ ਹੈਗਾ ਕੋਡ ਆਫ ਕੰਡਕਟ ਲੱਗਣ ਵਾਲਾ, ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੇ ਮੁਲਾਜ਼ਮ ਆ ਜੇਕਰ ਉਹਨਾਂ ਦੀ ਨਾ ਗੱਲ ਸੁਣੀ ਗਈ ਤੇ ਆਉਣ ਵਾਲੀ ਪਾਰਲੀਮੈਂਟ ਇਲੈਕਸ਼ਨ 'ਚ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਨੇ। ਸੋ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਾਨੂੰ ਇਹ ਐਕਸ਼ਨ ਕਰਨ ਲਈ ਮਜਬੂਰ ਨਾ ਕਰੋ। ਜਿਵੇਂ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ PSMU ਦੀ ਮੀਟਿੰਗ 'ਚ ਕਿਹਾ ਸੀ ਕਿ ਸਕੱਤਰੇਤ ਵਾਲਿਆਂ ਨੇ ਮੇਰੇ ਫੁੱਲ ਵੀ ਬਰਸਾਏ ਅਤੇ ਬਾਅਦ 'ਚੋਂ ਮੇਰੀ ਇੰਨੀ ਜਿਹੜੀ ਆ ਇਨਸਲਟ ਕੀਤੀ, ਮੇਰੇ ਵਿਰੁੱਧ ਨਾਅਰੇ ਲਾ ਕੇ, ਉਹ ਕਿਉਂ ਇਹ ਕਰਦੇ ਮੇਰੇ ਨਾਲ ਆ ਕੇ ਚਾਹ ਪਾਣੀ ਪੀਆ ਕਰਨ, ਆਪਣੀਆਂ ਮੰਗਾਂ ਹੱਲ ਕਰਾਉਣ। ਸੋ ਉਹਨਾਂ ਨੂੰ ਵੀ ਬੇਨਤੀ ਆ ਕਿ ਅਸੀਂ ਖੁਦ ਕਹਿ ਰਹੇ ਹਾਂ, ਖੁਦ ਕਹਿ ਰਹੇ ਹਾਂ ਮਾਨ ਸਾਹਿਬ ਸਾਨੂੰ ਚਾਹ ਤੇ ਬੁਲਾ ਲਓ, ਨਹੀਂ ਚਾਹ ਪਿਆਉਣੀ ਤਾਂ ਅਸੀਂ ਆਪਣੀ ਥਰਮਸ ਲਿਆਵਾਂਗੇ ਕਿਸਾਨਾਂ ਨੂੰ, ਪਰ ਸਾਡੀਆਂ ਜਿਹੜੀਆਂ ਮੰਗਾਂ ਉਹ ਸੋਲਵ ਕਰੋ ਜਿੰਨੀਆਂ ਕੁ ਤੁਸੀਂ ਕਰ ਸਕਦੇ ਆ। ਸੋ ਸਾਰਿਆਂ ਨੂੰ ਮੁੜ ਬੇਨਤੀ ਆ ਕਿ ਸੋਮਵਾਰ ਨੂੰ ਆ ਕੇ ਵੱਡੀ ਗਿਣਤੀ ਦੇ ਵਿੱਚ ਲਾਮਬੰਦੀ ਕਰੋ, ਤਾਂ ਕਿ ਤੂੰ ਵੱਡਾ ਐਕਸ਼ਨ ਜਿਹੜਾ 17 ਦੇ ਵਿੱਚ ਔਰ ਪੁੱਡਾ ਗਰਾਊਂਡ ਦੇ ਮੰਗਲਵਾਰ ਨੂੰ ਹੋ ਸਕੇ। ਅਸੀਂ ਆਪਣੀ ਪੂਰੀ ਵਾਹ ਲਾਵਾਂਗੇ ਸਕੱਤਰੇ ਦੇ ਵਿੱਚ, ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਮੀਟਿੰਗ ਨਿਕਲ ਆਉਂਦੀ ਤਾਂ ਉਹਦੇ ਵਿੱਚ ਕੁਛ ਨਿਕਲੇ। ਸੋ ਸਰਕਾਰ ਨੂੰ ਫਿਰ ਅਪੀਲ ਆ ਕਿ ਉਹ ਸਾਡੀ ਗੱਲ ਨੂੰ ਗੌਰ ਕਰੇ ਅਤੇ ਸਾਨੂੰ ਬੁਲਾਵੇ
ਤੇ ਸਰਕਾਰ ਦੀਆਂ ਮੰਗਾਂ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਉਹਨਾਂ ਨਾਲ ਅਣਦੇਖੀ ਨਾ ਕਰੇ, ਉਹਨਾਂ ਨੂੰ ਮੰਨੇ। ਧੰਨਵਾਦ, ਸ਼ੁਕਰੀਆ।